ਮਸਕਾਰ ਬੁਲੇਟਿਨ 'ਚ ਸਵਾਗਤ ਮੈਂ ਹਾਂ ਕੁਸਮ ਸੋਲੀਆਂ ਸ਼ੁਰੂਆਤ ਕਰਦੇ ਆਂ ਚੌਣਵੀਆਂ ਖਬਰਾਂ ਤੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਢਾਂਚਾ ਡੇਗੇ ਜਾਣ ਦੇ ਮਾਮਲੇ ਦੇ ਸਾਰੇ ਬਤី ਦੋਸ਼ੀਆਂ ਨੂੰ ਬਰੀ ਕੀਤਾ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਢਾਂਚੇ ਨੂੰ ਡੇਗਣਾ ਸੋਚੀ ਸਮਝੀ ਯੋਜਨਾ ਨਹੀਂ ਸਗੋ ਮੌਕੇ ਤੇ ਵਾਪਰੀ ਘਟਨਾ ਸੀ ਅਦਾਲਤ ਨੇ ਕਿਹਾ ਕਿ ਇਸ ਕੇਸ ਵਿੱਚ ਸੀਬੀਆਈ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲੇ ਸੁਪਰੀਮ ਕੋਰਟ ਨੇ ਸਿਵਲ ਸੇਵਾਵਾਂ 2020 ਦੀ ਮਲਤਵੀ ਪ੍ਰੀਖਿਆ ਟਾਲਣ ਤੋਂ ਕੀਤਾ ਇਨਕਾਰ। ਪ੍ਰਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ 오ੜੀਸ਼ਾ ਦੇ ਬਾਲਾਸੌਰ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਇਲ ਬ੍ਰਹਮੋਸ ਦਾ ਸਫਲ ਪ੍ਰੀਖਣ। ਬਿਹਾਰ ਵਿੱਚ ਆਉਣੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਦੀ ਪੂਰਨ ਟੀਮ ਨੇ ਬਿਹਾਰ ਦੇ ਦੌਰੇ ਦੌਰਾਨ ਅੱਜ ਪਟਨਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਭਾਰਤ ਵਿੱਚ ਕਰੋਨਾ ਵਾਇਰਸ ਤੋਂ ਠੀਕ ਹੋਣ ਦੀ ਦਰ 83.33% ਤੇ ਪੁੱਜੀ। ਦੇਸ਼ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 125773 ਹੋਈ। ਲਾਕਡਾਊਨ ਕਾਰਨ ਭਾਰਤ ਵਿੱਚ ਫਸੇ 93 ਪਾਕਿਸਤਾਨੀ ਅੱਜ ਅਟਾਰੀ ਵਾਗਾ ਸਰਹੱਦ ਰਾਹੀਂ ਵਤਨ ਵਾਪਸ ਭੇਜੇ ਗਏ। ਅਤੇ ਮੋਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਅਰ ਮੈਰੇਜ ਪੈਲੇਸ ਹੋਟਲ ਤੇ ਰੈਸਟੋਰੈਂਟ ਦੀ ਸਾਲ 2021 ਲਈ April ਤੋਂ September ਤੱਕ ਦੀ ਸਾਲਾਨਾ ਲਾਇਸੈਂਸ ਫੀਸ ਅਤੇ April ਤੋਂ June ਤੇ July ਤੋਂ September 2020 ਦੀ ਤਿਮਾਹੀ ਅਨੁਮਾਨਿਤ ਫੀਸ ਨੂੰ ਮੁਆਫ ਕਰਨ ਦੀ ਮਨਜ਼ੂਰੀ। ਤੇ ਹੁਣ ਖਬਰਾਂ ਦਾ ਵਿਸਥਾਰ ਲਖਨਊ ਵਿੱਚ ਅੱਜ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬਾਬਰੀ ਢਾਂਚਾ ਡੇਗੇ ਜਾਣ ਦੇ ਮਾਮਲੇ ਦੇ ਸਾਰੇ ਬਤਤੀ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਬਾਬਰੀ ਮਸਜਿਦ ਦੇ ਢਾਂਚੇ ਨੂੰ ਡੇਗਣਾ ਕੋਈ ਪਹਿਲਾਂ ਯੋਜਨਾ ਬਣਾ ਕੇ ਅੰਜਾਮ ਦਿੱਤੀ ਗਈ ਘਟਨਾ ਨਹੀਂ ਸਗੋਂ ਮੌਕੇ ਤੇ ਵਾਪਰੀ ਘਟਨਾ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਸੁਰਿੰਦਰ ਕੁਮਾਰ ਯਾਦਵ ਨੇ ਕਿਹਾ ਕਿ ਇਸ ਕੇਸ ਵਿੱਚ ਸੀਬੀਆਈ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲੇ। ਵਿਸ਼ੇਸ਼ ਜੱਜ ਨੇ ਕਿਹਾ ਕਿ ਬਾਬਰੀ ਮਸਜਿਦ ਦਾ ਢਾਂਚਾ ਕੁਝ ਸਮਾਜ ਵਿਰੋਧੀ ਤਤਾਂ ਦਾ ਘਰਾਸੀ ਅਤੇ ਇਸ ਕੰਮ ਵਿੱਚ ਨਾ ਤਤਾਂ ਅਤੇ ਮਾਮਲੇ ਦੇ ਦੋਸ਼ੀਆਂ ਵਿਚਾਲੇ ਕੋਈ ਸਾਂਝ ਨਹੀਂ ਸੀ ਅਤੇ ਦੋਸ਼ੀਆਂ ਨੇ ਭੇੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਾਬਰੀ ਮਸਜਿਦ ਦਾਟਾਂ ਚਟਾਹੇ ਜਾਣ ਸੰਬੰਧੀ ਮਾਮਲੇ ਦਾ ਫੈਸਲਾ ਸੁਣਾਉਣ ਸਮੇਂ 32 ਦੋਸ਼ੀਆਂ ਵਿੱਚੋਂ ਐਲਕੇ ਅਡਵਾਨੀ, ਕਲਿਆਣ ਸਿੰਘ, ਮੁਰਲੀ ਮਨੋਹਰ ਜੋਸ਼ੀ ਸਮੇਤ ਸੀਨੀਅਰ ਲੀਡਰ ਸੇਤ ਅਤੇ ਕਰੋਨਾ ਵਾਇਰਸ ਤੇ ਚਲਦੇ ਆ ਮੌਜੂਦ ਨਹੀਂ ਸਨ ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਅਲਕੇੜਵਾਨੀ ਨੇ ਵਿਸ਼ੇਸ਼ सीबीआई ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਆਪਣੇ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਦੇ ਫੈਸਲੇ ਨੇ ਉਹਨਾਂ ਦੇ ਆਪਣੇ ਨਿੱਜੀ ਅਤੇ ਭਾਜਪਾ ਦੇ ਵਿਚਾਰ ਨੂੰ ਸਹੀ ਠਹਿਰਾਇਆ ਹੈ ਮੁਰਲੀ ਮਨੋਹਰ ਜੋਸ਼ੀ ਨੇ ਵੀ ਫੈਸਲੇ ਦਾ ਸਵਾਗਤ ਕੀਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਟਵੀਟ ਵਿੱਚ ਕਿਹਾ ਕੇਸ ਨੇ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਨਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਜਿਖਯੋਗ ਹੈ ਕਿ 28 ਬਰੇ ਪਹਿਲਾਂ 6.992 ਨੂੰ ਅਯੋਧਿਆ ਵਿੱਚ 16ਵੀਂ ਸਰੀ ਦੇ ਬਾਬਰੀ ਢਾਂਜੇ ਨੂੰ ਭੀੜ ਵੱਲੋਂ ਢਾ ਦਿੱਤਾ ਗਿਆ ਸੀ ਅਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦਾ ਫੈਸਲਾ ਆਖਰਕਾਰ பாஜக ਦੇ ਕਈ ਉੱਗੇ ਨੇਤਾਵਾਂ ਵਿਸ਼ਵਵਿੰਦੂ ਪਰੀਸ਼ਦ ਅਤੇ ਬਜਰੰਗਦਲ ਲਈ ਰਾਹਤ ਲੈ ਕੇ ਆਇਆ ਇਸ ਮਾਮਲੇ ਦੇ 32 ਦੋਸ਼ੀ ਜਿਨ੍ਹਾਂ ਨੂੰ ਅਜਬਰੀ ਕੀਤਾ ਗਿਆ ਉਹਨਾਂ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਦੋਸ਼ ਲਗਾਏ ਗਏ ਸਨ ਜਿਨ੍ਹਾਂ ਵਿੱਚ ਅਪਰਾਧਿਕ ਸਾਜ਼ਿਸ਼, ਦੰਗਾਕਰਨ, ਵੱਖ-ਵੱਖ ਤਰ੍ਹਾਂ ਦੇ ਡੈਮੇਜ, ਦਸ਼ਮੁਣੀ ਨੂੰ ਵਧਾਉਣ ਤੇ ਗੈਰਕਾਨੂੰਨੀ ਢੰਗ ਨਾਲ ਇਕੱਠ ਕਰਨ ਸੰਬੰਧੀ ਧਰਾਵਾਂ ਸ਼ਾਮਲ ਸਨ ਇਸ ਕੇਸ ਦੀ ਸੁਣਵਾਈ ਦੌਰਾਨ सीबीआई ਵੱਲੋਂ 351 ਗਵਾਹ ਅਤੇ ਸਬੂਤ ਵਜੋਂ 600 ਦਸਤਾਵੇਜ਼ ਪੇਸ਼ ਕੀਤੇ ਗਏ। ਅਦਾਲਤ ਵੱਲੋਂ ਸ਼ੁਰੂ ਵਿੱਚ 49 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਇਸ ਸਮੇਂ ਦੌਰਾਨ 17 ਦੋਸ਼ੀਆਂ ਦੀ ਮੌਤ ਹੋਈ। ਸੁਪਰੀਮ ਕੋਰਟ ਨੇ ਸਿਵਲ ਸੇਵਾਵਾਂ 2020 ਦੀ ਮੋਡਲੀ ਪ੍ਰੀਖਿਆ ਟਾਲਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਏ ਐਮ ਖਾਨਵਲਕਰ, ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਦੋਹਾਂ ਧਿਰਾਂ ਦੇ ਤੱਥ ਸੁਣਨ ਮਗਰੋਂ ਇਹ ਫੈਸਲਾ ਸੁਣਾਇਆ। ਕੋਵਿਡ-19 ਮਹਾਮਾਰੀ ਹਤੇ ਦੇਸ਼ ਦੇ ਕਈ ਹਿੱਸਿਆਂ ਵਿੱਚੜਾ ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਕੁਝ ਉਮੀਦਵਾਰਾਂ ਵੱਲੋਂ ਪ੍ਰੀਖਿਆ ਨੂੰ 3 ਤੋਂ 4 ਮਹੀਨੇ ਤੱਕ ਮੁਲਤਵੀ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਬੈਂਚ ਨੇ ਯੂਪੀਐਸਸੀ ਕੋਲੋਂ ਪ੍ਰੀਖਿਆ ਨੂੰ ਢਾਲਣ ਦੀ ਗੁੰਜਾਇਸ਼ ਬਾਰੇ ਪੁੱਛਿਆ ਜਿਸ ਦੇ ਜਵਾਬ ਵਿੱਚ ਯੂਪੀਐਸਸੀ ਨੇ ਕਿਹਾ ਕਿ ਮੁੜਲੀ ਪ੍ਰੀਖਿਆ ਨੂੰ ਹੋਰ ਅੱਗੇ ਨਹੀਂ ਪਾਇਆ ਜਾ ਸਕਦਾ ਉਨ੍ਹਾਂ ਬੈਂਚ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰੀਖਿਆ ਲਈ ਓਐਮਆਰ ਸ਼ੀਟਾਂ ਤੇ ਹੋਰ ਪ੍ਰੀਖਿਆ ਸਮਗਰੀ ਕੇਂਦਰਾਂ ਨੂੰ ਭੇਜੀ ਜਾ ਚੁੱਕੀ ਹੈ ਬੈਂਚ ਵੱਲੋਂ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰਾਂ ਲਈ ਇੱਕ ਹੋਰ ਮੌਕਾ ਦਿੱਤੇ ਜਾਣ ਸੰਬੰਧੀ ਪੁੱਛੇ ਸਵਾਲ ਵਿੱਚ ਯੂਪੀਐਸਸੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਵਧੇਰੇ ਮੌਕਾ ਨਹੀਂ ਦਿੱਤਾ ਜਾ ਸਕਦਾ ਪਰ ਇਸ ਸੰਬੰਧੀ ਸੁਝਾਅ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਰੱਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ ਅਜੋ ਓਡੀਸ਼ਾ ਦੇ ਬਾਲਾਸੌਰ ਦੀ ਇੱਕੀਕ੍ਰਿਤ ਟੈਸਟ ਰੇਂਜ ਤੋਂ ਸੁਪਰਸੋਨਿਕ ਕਰੂਜ਼ ਮਜ਼ਾਇਲ ਬ੍ਰਮਹੋਸ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ DRDO ਬੋਲਣ ਦਿੱਤੀ ਜਾਣਕਾਰੀ ਮੁਤਾਬਕ ਦਰਮਿਆਨੀ ਰੇਂਜ ਦੀ ਇਹ ਬ੍ਰਹਮੋਸ ਮਿਜ਼ਾਈਲ ਇੰਡਰੂਸੀ ਸੰਜੇ ਪ੍ਰੋਜੈਕਟ ਤਹਿਤ ਵਿਕਸਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫੌਜ ਲਈ ਵਿਕਸਤ ਕੀਤੀ ਗਈ ਇਹ ਮਿਜ਼ਾਈਲ ਤਕਰੀਬਨ 400 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਤੋਂ ਇਲਾਵਾ ਇਹ 2 ਕੁਇੰਟਲ ਦੇ ਵਾਰਹੈੱਡ ਨੂੰ ਨਿਸ਼ਾਨੇ ਤੇ ਸੁੱਟਣ ਦੀ ਸਮਰੱਥ ਹੈ। ਸੰਗਠਨੇ ਦੱਸਿਆ ਹੈ ਕਿ 9 ਮੀਟਰ ਲੰਬਾਈ ਅਤੇ 670 ਮਿਲੀਮੀਟਰ ਦੇ ਘੇਰੇ ਵਾਲੀ ਇਸ ਬ੍ਰਹਮੋਸ ਮਿਜ਼ਾਈਲ ਦਾ ਭਾਰ ਤਕਰੀਬਨ 3 ਟਨ ਹੈ। ਬ੍ਰਹਮੋਸ ਮਿਜ਼ਾਈਲ ਦੁਨੀਆ ਦੀਆਂ ਕੁਝ ਚੁਣੀਆਂ ਹੋਈਆਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਵਿੱਚ ਜੰਗੀ ਬੇੜਿਆਂ ਲਈ ਆਧੁਨਿਕ ਫਾਇਰ ਕੰਟਰੋਲ ਸਿਸਟਮ ਲਗਾਇਆ ਗਿਆ ਹੈ ਭਾਰਤ ਵੱਲੋਂ ਇਸ ਪ੍ਰੋਜੈਕਟ ਵਿੱਚ ਰੱਖਿਆ ਖੋਜ ਤੇ ਵਿਕਾਸ ਸੰਗਠਨ ਤੇ ਰੋਸਤੀ ਤਰਫੋਂ ਫੈਡਰਲ ਸਟੇਟ ਯੂਨਿਟਰੀ ਟਰਪ੍ਰਾਈਜ਼ਸ ਨੇ ਹਿੱਸਾ ਲਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਸਵਦੇਸ਼ੀ ਬੂਸਟਰ ਵਾਲੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣ ਤੇ ਵਧਾਈ ਦਿੱਤੀ ਹੈ ਭਾਰਤੀ ਤੱਟ ਰੱਖਿਆਕ ਬਲੋਂ ਅੱਜ ਤੇਜ਼ ਰਫ਼ਤਾਰ ਪੈਟਰੋਲਿੰਗ ਸਮੁੰਦਰੀ ਜਹਾਜ਼ ਕਨਕਲਤਾ ਬਰੂਆਣ ਢੇੜੇ ਵਿੱਚ ਸ਼ਾਮਲ ਕੀਤਾ ਗਿਆ। ਕੋਲਕਾਤਾ ਵਿੱਚ ਕਨਕਲਤਾ ਜਹਾਜ਼ ਨੂੰ ਢੇੜੇ ਵਿੱਚ ਸ਼ਾਮਲ ਕਰਨ ਦੀ ਰਸਮ ਰੱਖਿਆ ਮੰਤਰੀ ਲਾ ਦੇਵਦੀ ਇਕ ਸਕੱਤਰ ਜਵੇਸ਼ ਨੰਦਨ ਵੱਲੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਨਿਭਾਈ ਗਈ। ਭਾਰਤੀ ਤੱਟ ਰੱਖਿਆਕ ਵਿੱਚ ਸ਼ਾਮਲ ਕੀਤਾ ਗਿਆ ਇਹ ਤੇਜ਼ ਰਫ਼ਤਾਰ ਜਹਾਜ਼ 50 ਮੀਟਰ ਲੰਬਾ ਤੇ 7.5 ਮੀਟਰ ਚੌੜਾ ਹੈ ਜਿਸ ਨੂੰ ਗਾਰਡਨ ਰੀਚ ਸ਼ਿਫਟ ਬਿਲਡਰਸ ਐਂਡ ਇੰਜੀਨੀਅਰਸ ਲਿਮਟਿਡ ਵੱਲੋਂ ਬਣਾਇਆ ਗਿਆ ਹੈ। ਨਿਰਮਾਣ ਕੰਪਨੀ ਦੇ ਅਧਿਕਾਰੀਆਂ ਮੁਤਾਬਕ 398 ਪਾਰਾ ਇਸੁੰਦਰੀ ਬੇੜਾ ਪੈਟਰੋਲਿੰਗਸ ਸਮਗਲਿੰਗ ਰੋਕੂ ਕਾਰਵਾਈਆਂ ਅਤੇ ਬਚਾਅ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਹ ਬੇੜਾ 34 ਨੋਟ ਦੀ ਰਫ਼ਤਾਰ ਨਾਲ ਪਾਣੀ ਉੱਪਰ ਚੱਲ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਬੇੜੇ ਵਿੱਚ ਉੱਚ ਤਕਨੀਕ ਵਾਲੇ 3 ਇੰਜਣ ਲਗਾਏ ਗਏ ਨੇ। ਕੰਪਨੀ ਮੁਤਾਬਕ ਇਸ ਬੇੜੇ ਦਾ ਪੂਰਾ ਡਿਜ਼ਾਈਨ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਜਨਤਕ ਸੈਕਟਰ ਦੀਆਂ ਰੱਖਿਆ ਇਕਾਈਆਂ ਵੱਲੋਂ ਤਿਆਰ ਕੀਤੇ ਜਾ ਰਿਹਾ ਹੈ। 5 ਫਾਸਟ ਪੈਟਰੋਲ ਵਾਹਨਾਂ ਲਈ ਰਣਨੀਤੀ ਤਹਿਤ ਕੀਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ अरोड़ा ਦੀ ਅਗਵਾਈ ਵਿੱਚ ਚੋਣ ਕਮਿਸ਼ਨ ਦੀ ਪੂਰਨ ਟੀਮ ਨੇ ਅੱਜ ਬਿਹਾਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਪਟਨਾ ਵਿੱਚ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਜੀਡੀਯੂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਵੋਟਰਾਂ ਵਿੱਚ ਵੋਟਰ ਪਰਚੀਆਂ ਵੰਡਣ ਦੀ ਜ਼ਿੰਮੇਵਾਰੀ ਲਵੇ। ਪਾਰਟੀ ਨੇ ਕਮਿਸ਼ਨ ਦੀ ਮੀਟਿੰਗ ਦੌਰਾਨ ਸੀਮਤ ਸੰਖਿਆ ਵਿੱਚ ਲੋਕਾਂ ਦੀ ਮੌਜੂਦਗੀ ਤੇ ਵੀ ਚਿੰਤਾ ਜ਼ਾਹਰ ਕੀਤੀ। ਕਾਂਗਰਸ ਨੇ 10 મતદાન ਕੇਂਦਰਾਂ ਵਿੱਚ ਇੱਕ ਮੈਡੀਕਲ ਟੀਮ ਤਾਇਨਾਤ ਕਰਨ ਦੀ ਮੰਗ ਰੱਖੀ ਦੂਜੇ ਪਾਸੇ ਲੋਕਜਨ ਸ਼ਕਤੀ ਪਾਰਟੀ ਨੇ ਮੰਗ ਕੀਤੀ ਕਿ ਪੰਚਾਇਤੀ ਚੋਣਾਂ ਦੀ ਤਰਸ ਦੇ ਵਿਧਾਨ ਸਭਾ ਚੋਣਾਂ ਦੇ મતદાન ਕੇਂਦਰ ਹੋਣੇ ਚਾਹੀਦੇ ਨੇ ਚੋਣ ਕਮਿਸ਼ਨ ਦੀ ਇਹ ਟੀਮ ਬਿਹਾਰ ਵਿੱਚ ਆਉਣੀ ਹੈ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੂਬੇ ਦੇ 3 ਦਿਨਾਂ ਦੌਰੇ ਤੇ ਹੈ ਮੁੱਖ ਚੋਣ ਕਮਿਸ਼ਨਰ ਦੇ ਨਾਲ ਚੋਣ ਕਮਿਸ਼ਨਰ ਸੁਨੀਸ਼ ਸੁਸ਼ੀਲ ਚੰਦਰ ਅਤੇ ਰਾਜੀਵ ਕੁਮਾਰ ਵੀ ਮੌਜੂਦ ਸਨ ਚੋਣ ਕਮਿਸ਼ਨ ਵੱਲੋਂ ਕੱਲ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਤੇ ਨੋਡਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ ਸੀ ਬਿਹਾਰ ਇੱਕੋ ਇੱਕ ਅਜਿਹਾ ਸੂਬਾ ਹੈ ਜਿੱਥੇ ਕੋਵਿਡ-19 ਮਹਾਮਾਰੀ ਦਰਮਿਆਨ ਵਿਧਾਨ ਸਭਾ ਚੋਣਾਂ ਕਰਾਈਆਂ ਜਾ ਰਹੀਆਂ ਨੇ ਭਲਕੇ ਚੋਣ ਕਮਿਸ਼ਨ ਗਿਆ ਜਾਵੇਗਾ ਜਿੱਥੇ 12 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਪੁਲਿਸ ਮੁਖੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਔਰੰਗਾਬਾਦ, ਕੈਮੂਰ ਅਤੇ ਰੋਹਤਾਸ ਸ਼ਾਮਲ ਨੇ ਦਿੱਲੀ ਵਾਪਸੀ ਤੋਂ ਪਹਿਲਾਂ ਚੋਣ ਕਮਿਸ਼ਨ ਬਿਹਾਰ ਦੇ ਮੁੱਖ ਸਕੱਤਰ, ਗ੍ਰੈਸ ਸਕੱਤਰ ਅਤੇ ਪੁਲਿਸ ਮਹਾਂ ਨਿਰਦੇਸ਼ਕ ਨਾਲ ਸਮੀਖਿਆ ਮੀਟਿੰਗ ਵੀ ਕਰੇਗਾ ਪਾਰਟ ਵਿੱਚ ਬੀਤੇ ਦਿਨ 31472 ਨਵੇਂ ਕਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 62 ਲੱਖ 25773 ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 51 ਲੱਖ 87825 ਕਰੋਨਾ ਮਰੀਜ਼ ਠੀਕ ਹੋਏ ਜਿਸਮਗਰੋਂ ਕਰੋਨਾ ਤੋਂ ਠੀਕ ਹੋਣ ਦੀ ਦਰ 83.33% ਤੱਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਕਾਰਨ 1179 ਮਰੀਜ਼ਾਂ ਦੀ ਮੌਤ ਹੋਈ। ਅਤੇ ਹੁਣ ਤੱਕ ਇਸ ਮਹਾਮਾਰੀ ਤੋਂ ਮਰਨ ਵਾਲਿਆਂ ਦੀ ਸੰਖਿਆ 97497 ਹੋ ਗਈ ਹੈ। ਦੇਸ਼ ਭਰ ਵਿੱਚ ਕਰੋਨਾ ਦੀ ਟੈਸਟਿੰਗ ਵੱਡੇ ਪੱਧਰ ਤੇ ਵਧਾਈ ਜਾ ਰਹੀ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਕਰੋਨਾ ਵਾਇਰਸ ਦੀ ਜਾਂਚ ਲਈ 7 ਕਰੋੜ 44 ਲੱਖ 96423 ਸੈਂਪਲ ਟੈਸਟ ਕੀਤੇ ਗਏ ਤੇ ਬੀਤੇ ਦਿਨ ਦੇਸ਼ ਭਰ ਵਿੱਚ 1086668 ਸੈਂਪਲਾਂ ਦੇ ਕਰੋਨਾ ਟੈਸਟ ਹੋਏ। कोरोना ਸੰਕਟ ਕਾਲ ਦੌਰਾਨ ਭਾਰਤ ਤੇ ਪਾਕਿਸਤਾਨ ਵੱਲੋਂ ਬੰਦ ਕੀਤੀਆਂ ਗਈਆਂ ਸਰਹੱਦਾਂ ਕਾਰਨ ਦੋਵੇਂ ਮੁਲਕਾਂ ਵਿੱਚ ਫਸੇ ਇੱਕ ਦੂਜੇ ਦੇ ਨਾਗਰਿਕਾਂ ਦੀ ਲਾਜ਼ਮੀ ਸਿਹਤ ਸੁਰੱਖਿਆ ਪ੍ਰੋਟੋਕੋਲ ਤਹਿਤ ਵਾਪਸੀ ਹੋ ਰਹੀ ਹੈ। ਲਾਕਡਾਊਨ ਕਾਰਨ ਭਾਰਤ ਵਿੱਚ ਫਸੇ 93 ਪਾਕਿਸਤਾਨੀ ਅਜ ਲੰਬੇ ਸਮੇਂ ਬਾਅਦ ਅਟਾਰੀ ਵਾਗਾ ਸਰਹੱਦ ਰਾਹੀਂ ਆਪਣੇ ਵਤਨ ਵਾਪਸ ਗਏ। ਜਦਕਿ ਦੋ ਪਾਕਿਸਤਾਨੀ ਨਾਗਰਿਕਾਂ ਦੀ ਕਾਗਜ਼ੀ ਕਾਰਵਾਈ ਜੋ ਹੁਣ ਤਾਈਆਂ ਦੇ ਚੱਲਦੇ ਆ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਹਨਾਂ ਤੋਂ ਇਲਾਵਾ ਜੰਮੂ ਕਸ਼ਮੀਰ ਨਾਲ ਸੰਬੰਧਿਤ 127 ਭਾਰਤੀ ਵਿਦਿਆਰਥੀ ਵੀ ਪਾਕਿਸਤਾਨ ਰਵਾਨਾ ਹੋਏ। ਇਸਾਰੇ اسلامਾਬਾਦ, ਲਾਹੌਰ ਅਤੇ ਪਸ਼ਾਵਰ ਸਮੇਤ ਪਾਕਿਸਤਾਨ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਨੇ ਅਤੇ ਲਾਕਡਾਊਨ ਕਾਰਨ ਇਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ ਪਰ ਹੁਣ ਪਾਕਿਸਤਾਨ ਵਿੱਚ ਸਕੂਲ ਕਾਲਜ ਖੁੱਲਣ ਤੇ ਇਹਨਾਂ ਨੂੰ ਭਾਰਤ ਪਾਰ ਸਰਕਾਰ ਵੱਲੋਂ ਪਾਕਿਸਤਾਨ ਜਾਣ ਲਈ ਵਿਸ਼ੇਸ਼ ਆਗਿਆ ਦਿੱਤੀ ਗਈ। ਪੰਜਾਬ ਪੁਲਿਸ ਦੇ ਪ੍ਰੋਟੋਕੋਲ ਅਫਸਰ ਅਰुण ਪਾਲ ਸਿੰਘ ਅਨੁਸਾਰ ਅਟਾਰੀ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਹਨਾਂ ਦੀ ਡਾਕਟਰੀ ਜਾਂਚ ਕੀਤੀ ਗਈ ਤੇ ਕਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ICP ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਉਹਨਾਂ ਦੱਸਿਆ ਕਿ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਗੁਜਰਾਤ, ਪੰਜਾਬ, ਹਰਿਆਣਾ, ਉੱਤਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਮਹਾਰਾਸ਼ਟਰ, ਉੱਤਰਾਖੰਡ, ਦਿੱਲੀ, ਪੱਛਮ ਬੰਗਾਲ ਆਦਿ ਵੱਖ-ਵੱਖ ਰਾਜਾਂ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰੁਕੇ ਹੋਏ ਸਨ। ਇਹਨਾਂ ਵਿੱਚੋਂ ਕੁਝ ਭਾਰਤ ਵਿੱਚ ਆਪਣਾ ਇਲਾਜ ਕਰਵਾਉਣ ਤੇ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਹੈ ਸਨ ਤੇ ਲੋਕਡਾਊਨ ਕਾਰਨ ਛੇ ਤੋਂ 10 ਮਹੀਨੇ ਤੋਂ ਇੱਥੇ ਰੁਕੇ ਹੋਏ ਸਨ। ਇਹਨਾਂ ਲੋਕਾਂ ਨੂੰ ਆਪਣੀ ਵਤਨ ਵਾਪਸੀ ਲਈ ਭਾਰਤ ਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕੀਤਾ। मैं आशी चावला पाकिस्तान से रहने वाली हूँ पाकिस्तान सिंधु से, से। हमको सोलह महीने हुए थे अब हम इसलिए आए थे हमारा बेबी नहीं हो रहा था वहाँ बहुत ट्रीटमेंट करवाए थे अभी हम भगवान की कृपा से हमारा यहाँ बेबी हो गया हम यहाँ से खुशियाँ लेकर जा रहे नौ साल शादी को हो गए अभी बेबी हुआ है नौ साल के बाद इंडोर सर इंडोर सिटी में फतेह चंद हम हम आए थे पाकिस्तान से जा रहे हैं इंडिया अब पाकिस्तान जा रहे हैं इंडिया आए थे इलाज के लिए के 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 इलाज इलाज का 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 कैंसर था का था वो महीने महीने में हो गया था। पर ये हो गया गया पर ये 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 कोरोना की वजह से हम मजबूरी और इसमें इसका कोई किसी कसूर नहीं है 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 सरकार लिए लिए अच्छा है, फसका है, तो अच्छा बहुत किया है। जाने के लिए पंजाब कैप्टन बार मैरिज पैलेस होटल 1 April ਤੋਂ June ਤੇ July ਤੋਂ September 2020 ਦੀ ਤਿਮਾਹੀ ਅਨੁਮਾਨਿਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਚੰਡੀਗੜ੍ਹ ਵਿੱਚ ਦੱਸਿਆ ਕਿ 1 April 2020 ਤੋਂ ਲੈ ਕੇ 30 September 2020 ਤੱਕ ਦੇ ਸਮੇਂ ਲਈ ਹੋਟਲਾਂ ਤੇ ਰੈਸਟੋਰੈਂਟਾਂ ਵਿੱਚਲੇ 1065 ਬਾਰ ਦੀ ਸਾਲਾਨਾ ਲਾਇਸੈਂਸ ਫੀਸ 50% ਮੁਆਫ ਕੀਤੇ ਜਾਣ ਨਾਲ ਖਜ਼ਾਨੇ ਉੱਤੇ 1355 ਲੱਖ ਰੁਪਏ ਤੋਂ ਵੱਧ ਦਾ ਵਿੱਤੀ ਬੋਝ ਭਾਵੇਗਾ ਜੋ ਕਿ 2021 ਦੇ ਅਨੁਮਾਨਤ ਮਾਲੀਏ ਦਾ ਅੱਧਾ ਹੈ। ਇਸ ਤਰ੍ਹਾਂ ਹੀ ਇਸ ਸਮੇਂ ਲਈ कुल 2324 लाइसेंसी मैरिज पैलेसਾਂ ਦੇ ਸੰਬੰਧ ਵਿੱਚ ਇਹ ਵਿੱਤੀ ਬੋਝ 350 ਲੱਖ ਰੁਪਏ ਦਾ ਹੋਵੇਗਾ ਜੋ ਕਿ ਸਾਲ 2021 ਦੇ ਅਨੁਮਾਨਿਤ ਮਾਲੀਏ ਦਾ ਅੱਧਾ ਹਿੱਸਾ ਹੋਵੇਗਾ ਜਿੱਥੋਂ ਤੱਕ ਬਾਹਰ ਦੇ ਲਾਇਸੈਂਸਾਂ ਦੀ ਅਗਾਊਂ ਤਿਮਾਹੀ ਅਨੁਮਾਨਿਤ ਫੀਸ ਮੁਆਫ ਕਰਨ ਦਾ ਸਵਾਲ ਹੈ ਤਾਂ ਇਸ ਵਿੱਚ ਵਿੱਤੀ ਬੋਝ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਫੀਸ ਮੁਆਫੀ ਦਾ ਅਨੁਮਾਨ ਸਿਰਫ ਅਗਾਊਂ ਤੌਰ ਤੇ ਇਕੱਠੀ ਕੀਤੀ ਗਈ ਫੀਸ ਸੰਬੰਧੀ ਹੀ ਲਗਾਇਆ ਜਾ ਸਕਦਾ ਹੈ ਜੋ ਕਿ ਐਡਜਸਟ ਹੋਣ ਯੋਗ ਹੈ ਤੇ ਹੁਣ ਫੀਸ 71 ਕੀਤੇ ਜਾਣ ਨੂੰ ਬਾਰ-ਦੁਆਰਾ ਖਰੀਦ ਕੀਤੇ ਜਾਣ ਤੱਕ ਅੱਗੇ ਪਾਉਣ ਦੀ ਤਜਵੀਜ਼ ਹੈ ਜਿਵੇਂ ਕਿ ਜੋਗਾ ਕਿ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਆਫ ਪੰਜਾਬ ਅਰ தி ਮੈਰਿਜ ਪੈਲੇਸ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਮੰਤਰੀਆਂ ਦੇ ਸਮੂਹ ਕੋ پاسੋਂ ਲਾਇਸੈਂਸ ਫੀਸ ਅਤੇ ਤਿਮਾਹੀ ਅਨੁਮਾਨਿਤ ਫੀਸ ਵਿੱਚ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ ਕਿਉਂ ਜੋ ਕੋਵਿਡ-19 ਮਹਾਮਾਰੀ ਅਤੇ ਇਸ ਤੋਂ ਬਾਅਦ ਕਰਫਿਊ ਅਤੇ ਲਾਕਡਾਊਨ ਲਗਾਏ ਜਾਣ ਕਾਰਨ ਉਹਨਾਂ ਦੇ ਵਪਾਰ ਤੇ ਮਾੜਾ ਅਸਰ ਪਿਆ ਸੀ ਇਸ ਮੁੱਦੇ ਨੂੰ ਵਿੱਤ ਕਮਿਸ਼ਨਰ ਟੈਕਸ ਏ ਵੀ ਨੂੰ ਪ੍ਰਸਾਦ ਅਤੇ ਆਪਕਾਰੀ ਕਮਿਸ਼ਨਰ ਅਜਤ ਅਗਰਵਾਲ ਨਾਲ ਵਿਚਾਰਿਆ ਗਿਆ ਤੇ ਉਸ ਪਿੱਛੋਂ ਮੁੱਖ ਮੰਤਰੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਪਾਰਟੀ ਉੱਤੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਸੋਮਪ੍ਰਕਾਸ਼ ਵੀ ਸ਼ਾਮਲ ਸਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭਾਜਪਾ ਇੱਕਾਇਦਾ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਪਹਿਲੀ ਵਾਰ ਮੁਹਾਲੀ ਦੇ ਪਾਰਟੀ ਆਗੂਆਂ ਅਤੇ ਕਾਰਜਕਰਤਾਵਾਂ ਨਾਲ ਮੁਲਾਕਾਤ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਆਗੂ ਖੇਤੀ ਸੁਧਾਰ ਕਾਨੂੰਨ ਬਣਨ ਨੂੰ ਮਗਰੋਂ ਕਾਫੀ ਉਤਸ਼ਾਹਿਤ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਰਾਸ਼ਟਰੀ ਖਾਸ ਕਰਕੇ ਕਿਸਾਨਾਂ ਵਾਸਤੇ ਲਾਹੇਵੰਦ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਠੋਕਠੇ ਸਮਰਥਨ ਮੋਲ ਵਾਪਸ ਨਹੀਂ ਲਿਆ ਗਿਆ ਅਤੇ ਕਿਸਾਨ ਆਪਣੀ ਫਸਲ ਕਿਤੇ ਵੀ ਅਤੇ ਕਿਸੇ ਨੂੰ ਵੀ ਵੇਚਣ ਲਈ ਸੁਤੰਤਰ ਨੇ। ਅਸ਼ਨੀਸ਼ ਸ਼ਰਮਾ ਨੇ ਵਿਰੋਧੀ ਪਾਰਟੀਆਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਅਤੇ ਗਰੀਬਾਂ ਲਈ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਦੀ ਵੀ ਸ਼ਲਾਘਾ ਕੀਤੀ ਅਸ਼ਨੀਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਵਿੱਚ ਨਫ਼ਰਤ ਫੈਲਾਉਣ ਵਿਰੋਧ ਵਿੱਚ ਚੇਤਾਵਨੀ ਦਿੱਤੀ ਜਿਸ ਦੇ ਪ੍ਰਧਾਨ ਮੰਤਰੀ ਜੀ ਨੇ ਜਾਂ ਕਿਸੇ ਨੇ ਮੰਗ ਕੀਤੀ ਸੀ ਜਾਂ ਕਿਹਾ ਸੀ ਲੇਕਿਨ ਉਹਨਾਂ ਨੂੰ ਲੱਗਾ ਕਿ ਕਿਸਾਨਾਂ ਦਾ ਜੀਵਨ ਵਧੀਆ ਬਣੇ ਇਹਦੇ ਲਈ ਉਹਨਾਂ ਨੇ 6-6000 ਰੁਪਿਆ ਕਿਸਾਨਾਂ ਦੇ ਅਕਾਊਂਟ 'ਚ ਪਾਉਣਾ ਸ਼ੁਰੂ ਕਰਤਾ ਜਿਹੜੇ ਖੇਤੀਬਾੜੀ ਦੇ ਤਿੰਨ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਨੇ ਇਹ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਨਰਿੰਦਰ ਮੋਦੀ ਜੀ ਨੇ ਜਿਹੜਾ ਦੇਸ਼ ਦੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਹੋਇਆ ਕਿ ਮੈਂ ਤੁਹਾਡੀ ਆਮਦਨ ਨੂੰ ਦੁੱਗਣਾ ਕਰਾਂਗਾ ਉਹਦੇ ਲਈ दूरदर्शन केंद्र जालंधर दी दर्शक खोज इकाई ਵਿੱਚ ਤਨਾਤ ਸਹਾਇਕ ਰਿਸਰਚ ਅਫਸਰ ਮਨਮੋਹਨ ਕੌਰ 38 ਸਾਲ ਦੀ ਸੇਵਾਮਗਰੋਂ ਅੱਜ ਸੇਵਾਮੁਕਤ ਹੋ ਗਏ ਮਨਮੋਹਨ ਕੌਰ ਦਾ ਵਿਦਾਇਗੀ ਸਮਾਗਮ ਕੋਵਿਡ ਨਿਰਦੇਸ਼ਾਂ ਅਨੁਸਾਰ ਤ ਸੰਪੰਨ ਹੋਇਆ ਦੂਰਦਰਸ਼ਨ ਕੇਂਦਰ ਦੇ ਮੁਖੀ ਆਰ ਕੇ ਜਰੰਗਾਲ ਅਤੇ ਪ੍ਰੋਗਰਾਮ ਮੁਖੀ ਪੁਨੀਤ ਸੈਗਲ ਸਮੇਤ ਸਮੂਹ ਸਟਾਫ ਵੱਲੋਂ ਮਨਮੋਹਨ ਕੌਰ ਨੂੰ ਨਿggੀ ਵਿਦਾਇਗੀ ਦਿੱਤੀ ਗਈ ਅਸਨਾਲਿਕਾ ਬ੍ਰੰਡ ਬ੍ਰਿਟਨ ਖਤਮ ਹੁੰਦਾ ਹੈ ਅੱਗੇ ਦਿਓ ਧੰਨਵਾਦ